ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੀ ਧਰਮਿੰਦਰ ਸਿੰਘ ਪਿੰਡ ਤਲਾਣੀਆਂ ਤੋਂ ਤੇ ਤੁਸੀਂ ਦੇਖ ਰਹੇ ਹੋ DS ਤਲਾਣੀਆਂ YouTube ਚੈਨਲ। ਦੋਸਤੋ, ਕਾਫੀ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਸੀ ਕਿ ਕੋਈ ਮਰਦਾਨਾ ਕਮਜ਼ੋਰੀ ਵਾਸਤੇ ਵਧੀਆ ਜਿਹਾ ਨੁਸਖਾ ਦੱਸੋ। ਸੋ ਅੱਜ ਮੈਂ ਤੁਹਾਡੇ ਲਈ ਇੱਕ ਨੁਸਖਾ ਲੈ ਕੇ ਆਇਆ ਜਿਸ ਨੂੰ ਵਰਤਣ ਤੋਂ ਬਾਅਦ ਤੁਸੀਂ ਯਾਦ ਰੱਖੋਗੇ ਕਿ ਕੋਈ ਫਾਰਮੂਲਾ ਦੱਸਿਆ ਸੀ। ਪਰ ਦੋਸਤੋ, ਮੈਂ ਤੁਹਾਨੂੰ ਇਹ ਫਾਰਮੂਲਾ ਦੱਸਣ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਜੀ ਕਿ ਇਹ ਸਾਰੀ ਖੇਡ ਆਪਣੇ ਦਿਮਾਗ ਦੀ ਹੁੰਦੀ ਹੈ। ਜੇਕਰ ਤੁਸੀਂ ਆਪਣੇ ਦਿਮਾਗ ਨੂੰ ਕੰਟਰੋਲ ਕਰਨਾ ਸਿੱਖ ਲਿਆ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਸਨ ਖਾਣ ਦੀ ਜ਼ਰੂਰਤ ਨਹੀਂ ਪੈਣੀ। ਇਸ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਿਹਾ ਜੀ ਆਪਣਾ ਮੋਬਾਈਲ ਫੋਨ। ਅਸੀਂ ਘਰੇ ਆਉਂਦੇ ਹਾਂ ਤਾਂ ਮੋਬਾਈਲ ਤੇ, ਘਰੋਂ ਬਾਹਰ ਜਾਂਦੇ ਹਾਂ ਤਾਂ ਮੋਬਾਈਲ ਤੇ ਜਦੋਂ ਬੰਦਾ ਘਰ ਆਉਂਦਾ ਹੈ ਉਸ ਟਾਈਮ ਵੀ ਤੁਸੀਂ ਕਦੇ ਨੋਟ ਕਰਕੇ ਦੇਖਿਓ, ਦੋਨੋਂ ਜੀਵ ਮੋਬਾਈਲ ਤੇ ਲੱਗੇ ਹੁੰਦੇ ਆ। ਇਸ ਤੋਂ ਬਾਅਦ ਆਪਣੇ ਬੈਡ ਹਾਰਮੋਨਸ ਐਕਟੀਵੇਟ ਹੋ ਜਾਂਦੇ ਆ, ਜਿਸ ਤੋਂ ਬਾਅਦ ਤੁਸੀਂ ਕਦੇ ਨੋਟ ਕਰਕੇ ਦੇਖਿਓ ਕਿ ਤੁਹਾਡਾ ਸੈਕਸ਼ੁਅਲ ਲਾਈਫ ਵੱਲ ਧਿਆਨ ਬਿਲਕੁਲ ਘੱਟ ਜਾਂਦਾ ਹੈ। ਸੋ ਇਸ ਸਮੱਸਿਆ ਤੋਂ ਖਹਿੜਾ ਛਡਾਉਣ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਆਦਤ ਪਾਓ ਕਿ ਜਦੋਂ ਤੁਸੀਂ ਘਰ ਆ ਗਏ ਤਾਂ ਕੋਸ਼ਿਸ਼ ਕਰੋ ਕਿ ਆਪਣਾ ਮੋਬਾਈਲ ਫੋਨ ਜਾਂ ਤਾਂ ਉਸਨੂੰ ਆਫ ਕਰ ਦਿਓ ਜਾਂ ਉਸਨੂੰ ਘੱਟ ਯੂਜ਼ ਕਰੋ। ਅੱਗੇ ਜੀ, ਇਸ ਦੇ ਲਈ ਤੁਸੀਂ ਸੈਰ ਕਰਿਆ ਕਰੋ, ਹਰੀਆਂ ਸਬਜ਼ੀਆਂ, ਤਾਜ਼ੇ ਫਲ, ਦੁੱਧ, ਦਹੀਂ, ਲੱਸੀ ਦੱਬ ਕੇ ਖਾਇਆ ਕਰੋ। ਜੇਕਰ ਤੁਸੀਂ ਸਿਰਫ ਇੰਨਾ ਕੁ ਤਰੀਕਾ ਫੋਲੋ ਕਰ ਲਿਆ ਤਾਂ ਤੁਹਾਨੂੰ ਕਿਸੇ ਵੀ ਤਰੀਕੇ ਦੀ ਮੈਡੀਸਨ ਖਾਣ ਦੀ ਜ਼ਰੂਰਤ ਨਹੀਂ ਪੈਣੀ। ਤੇ ਦੋਸਤੋ, ਜੇਕਰ ਫਿਰ ਵੀ ਤੁਹਾਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਪੌਸ਼ਟਿਕ ਆਹਾਰ ਨਹੀਂ ਮਿਲ ਰਿਹਾ ਜਾਂ ਜ਼ਿਆਦਾ ਰੇਹ ਸਪਰੇਅ ਵਾਲੀਆਂ ਚੀਜ਼ਾਂ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਆ ਗਈਆਂ, ਤਾਂ ਮੈਂ ਤੁਹਾਨੂੰ ਇੱਕ ਫਾਰਮੂਲਾ ਦੱਸਣ ਲੱਗਿਆ, ਤੁਸੀਂ ਉਸਨੂੰ ਨੋਟ ਕਰ ਲਿਓ। ਤੇ ਇੱਕ ਮੇਰੀ ਰਿਕੁਐਸਟ ਹੈ ਜੀ ਕਿ ਇਸ ਫਾਰਮੂਲੇ ਨੂੰ ਬਣਾਉਣ ਤੋਂ ਪਹਿਲਾਂ ਕੋਸ਼ਿਸ਼ ਕਰਿਓ ਕਿ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ। ਕਾਲ ਲਈ ਮੈਂ ਇਸ ਕਰਕੇ ਕਿਹਾ ਕਿਉਂਕਿ ਜਦੋਂ ਤੁਸੀਂ ਇਹ ਫਾਰਮੂਲਾ ਬਣਾਓਗੇ ਤਾਂ ਇਹ ਹਰ ਇੱਕ ਏਜ ਦੇ ਉੱਤੇ ਅਲੱਗ ਇਫੈਕਟ ਕਰਦਾ ਹੈ। ਉਸ ਦੇ ਵਿੱਚ ਸਿਰਫ ਇੰਨਾ ਕੁ ਹੋਏਗਾ ਕਿ ਜੇਕਰ ਤੁਸੀਂ ਮੈਨੂੰ ਕਾਲ ਕਰੋਗੇ ਤਾਂ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਇੰਨਾ ਕੁ ਮਾਤਰਾ ਦੇ ਵਿੱਚ ਖਾਣਾ ਹੈ। ਤੇ ਨਾਲ ਜੀ ਜਿਹੜੇ 25 ਸਾਲ ਤੋਂ ਘੱਟ ਏਜ ਦੇ ਆ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਇੱਦਾਂ ਦੀਆਂ ਚੀਜ਼ਾਂ ਖਾਣ ਦੀ। ਤੁਸੀਂ ਤਾਜ਼ੇ ਫਲ, ਹਰੀਆਂ ਸਬਜ਼ੀਆਂ, ਇਹ ਚੀਜ਼ਾਂ ਦੱਬ ਕੇ ਖਾਇਆ ਕਰੋ। ਇਹਨਾਂ ਦੇ ਵਿੱਚ ਹੀ ਬਹੁਤ ਪ੍ਰੋਟੀਨ ਮਿਲ ਜਾਂਦਾ ਹੈ, ਬਹੁਤ ਸਾਰੀ ਤਾਕਤ ਹੁੰਦੀ ਹੈ। ਜੇਕਰ ਫਿਰ ਵੀ ਤੁਹਾਨੂੰ ਕੁਝ ਘਾਟ ਲੱਗਦੀ ਹੈ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਤੇ ਦੋਸਤੋ, ਜਿਹੜਾ ਮੈਂ ਤੁਹਾਨੂੰ ਨੁਸਖਾ ਦੱਸਣ ਲੱਗਿਆ ਇਸ ਦੇ ਨਾਲ ਤੁਹਾਡੀ ਸੈਕਸ਼ੁਅਲ ਪਾਵਰ ਤਾਂ ਵਧੇਗੀ, ਨਾਲ ਤੁਹਾਡੇ ਸਰੀਰ ਦੀ ਇਮਿਊਨਿਟੀ ਜਿਹੜੀ ਹੈ ਉਹ ਕਾਫੀ ਸਟਰੋਂਗ ਹੋ ਜਾਏਗੀ, ਤੁਹਾਡੇ ਸਰੀਰ ਨੂੰ ਬਿਮਾਰੀਆਂ ਤੋਂ ਲੜਨ ਦੀ ਤਾਕਤ ਮਿਲੇਗੀ। ਬਸ ਲਾਸਟ ਦੇ ਵਿੱਚ ਇੱਕ ਰਿਕੁਐਸਟ ਹੋਰ ਕਰਾਂਗਾ ਕਿ ਜੇਕਰ ਤੁਸੀਂ ਇਹ ਫਾਰਮੂਲਾ ਬਣਾਉਣਾ ਹੈ ਤਾਂ ਇੱਕ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਇਸ ਨੂੰ ਖਾਣ ਤੋਂ ਬਾਅਦ ਤੁਸੀਂ ਵਰਜਿਸ਼ ਕਰਨੀ ਹੈ, ਤੁਸੀਂ ਸੈਰ ਤੇ ਜਾਣਾ ਹੈ, ਕਿਉਂਕਿ ਜੇਕਰ ਤੁਸੀਂ ਇਸ ਨੂੰ ਖਾ ਕੇ ਏਦਾਂ ਹੀ ਪੈ ਜਾਓਗੇ ਤਾਂ ਇਹ ਤੁਹਾਨੂੰ ਹਜ਼ਮ ਨਹੀਂ ਹੋਏਗਾ ਕਿਉਂਕਿ ਇਹ ਬਹੁਤ ਜ਼ਿਆਦਾ ਸਟਰੋਂਗ ਹੈ। ਹੋ ਸਕਦਾ ਤੁਹਾਨੂੰ ਲੂਜ਼ ਮੋਸ਼ਨ ਲੱਗ ਜਾਣ ਜੇਕਰ ਤੁਸੀਂ ਵਰਜਿਸ਼ ਵਗੈਰਾ ਨਹੀਂ ਕਰੋਗੇ, ਕਿਉਂਕਿ ਸਿੱਧੀ ਜੀ ਗੱਲ ਹੈ ਜੀ, ਜਿੰਨਾ ਤੁਸੀਂ ਪ੍ਰੋਟੀਨ ਖਾਓਗੇ ਉਸ ਨੂੰ ਤੁਹਾਨੂੰ ਸਰੀਰ ਦੇ ਵਿੱਚ ਹਜ਼ਮ ਕਰਨ ਵਾਸਤੇ ਵਰਜਿਸ਼ ਕਰਨੀ ਹੀ ਕਰਨੀ ਪੈਣੀ ਹੈ। ਤੇ ਆਓ ਫਿਰ ਨੁਸਖੇ ਵੱਲ ਨੂੰ ਵਧੀਏ। ਤੇ ਨਾਲ ਇੱਕ ਛੋਟੀ ਜਿਹੀ ਰਿਕੁਐਸਟ ਹੈ ਜੀ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਨਾਲ ਲੱਗਦੇ ਹੀ ਤੁਸੀਂ ਬੈਲ ਦੇ ਆਈਕਨ ਤੇ ਕਲਿੱਕ ਕਰ ਸਕਦੇ ਹੋ ਤਾਂ ਕਿ ਸਾਡੇ ਵੱਲੋਂ ਜਦੋਂ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਸਕੇ। ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ, ਕਿਸੇ ਹੋਰ ਦੇ ਫਾਇਦੇ ਲਈ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ। ਤੇ ਦੋਸਤੋ, ਮੇਰੇ ਵੱਲੋਂ ਦਿੱਤੀ ਹੋਈ ਜਾਣਕਾਰੀ ਦੇ ਵਿੱਚ ਜੇਕਰ ਮੇਰੇ ਵੱਲੋਂ ਦੱਸਿਆ ਕੁਝ ਰਹਿ ਗਿਆ ਜਾਂ ਤੁਹਾਨੂੰ ਕੋਈ ਗੱਲ ਨਹੀਂ ਸਮਝ ਲੱਗੀ ਤਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ WhatsApp ਨੰਬਰ, ਸਾਡੀ ਈਮੇਲ ਹੈਗੀ ਹੈ, ਤੁਸੀਂ ਕਿਸੇ ਵੀ ਤਰੀਕੇ ਨਾਲ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਸੋ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਨੁਸਖੇ ਦੀ। ਇਸ ਦੇ ਲਈ ਤੁਸੀਂ ਕੌਂਚ ਬੀਜ, ਸਫੇਦ ਮੂਸਲੀ, ਅਸ਼ਵਗੰਧਾ, ਸਤਾਵਰ ਅਤੇ ਮਿਸ਼ਰੀ, ਇਹ ਸਾਰੀਆਂ ਚੀਜ਼ਾਂ ਤੁਸੀਂ 200-200 ਗ੍ਰਾਮ ਲੈਣੀਆਂ ਹੈ। ਇਸ ਦੇ ਲਈ ਤੁਸੀਂ ਅਕਰਕਰਾ ਲੈਣਾ ਜੀ ਇਰਾਨੀ 160 ਗ੍ਰਾਮ, ਜਵਿੱਤਰੀ ਲੈਣੀ ਹੈ ਜੀ ਤੁਸੀਂ 50 ਗ੍ਰਾਮ, ਸ਼ੁੱਧ ਸ਼ਿਲਾਜੀਤ ਲੈਣੀ ਹੈ ਜੀ ਤੁਸੀਂ 60 ਗ੍ਰਾਮ, ਸਾਲ 50, ਪੀਪਲ ਲਾਖ ਇਹ ਤੁਸੀਂ 25-25 ਗ੍ਰਾਮ ਲੈਣੇ ਆ ਜੀ। ਇਸ ਦੇ ਵਿੱਚ ਤੁਸੀਂ ਜੈਫਲ ਵੀ ਪਾ ਸਕਦੇ ਹੋ 25-30 ਗ੍ਰਾਮ। ਤੇ ਦੋਸਤੋ, ਇਸ ਦੇ ਵਿੱਚ ਤੁਸੀਂ 3 ਤਰ੍ਹਾਂ ਦੀਆਂ ਭਸਮਾਂ ਪਾਉਣੀਆਂ ਹੈ। ਇੱਕ ਤਾਂ ਹੈਗੀ ਆ ਅਬਰਕ ਭਸਮ, ਇਹ ਤੁਸੀਂ 30 ਗ੍ਰਾਮ ਲੈਣੀ ਹੈ, ਲੋਹ ਭਸਮ ਤੁਸੀਂ 40 ਗ੍ਰਾਮ ਲੈਣੀ ਹੈ ਅਤੇ ਚਾਂਦੀ ਭਸਮ ਤੁਸੀਂ 25-30 ਗ੍ਰਾਮ ਤੱਕ ਲੈ ਸਕਦੇ ਹੋ। ਦੋਸਤੋ, ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਪੀਸਣ ਵਾਲੀਆਂ ਹੈ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ ਕੁੰਡੀ ਸੋਟੇ ਦਾ ਇਸਤੇਮਾਲ ਕਰਨਾ ਹੈ। ਜੇਕਰ ਤੁਸੀਂ ਮਿਕਸੀ ਗ੍ਰਾਇੰਡਰ ਦਾ ਯੂਜ਼ ਕਰੋਗੇ ਤਾਂ ਮਿਕਸੀ ਦਾ ਕੱਪ ਗਰਮ ਹੋ ਜਾਂਦਾ ਹੈ ਅਤੇ ਦੇਸੀ ਚੀਜ਼ਾਂ ਨੂੰ ਜੇਕਰ ਆਪਾਂ ਹੀਟ ਦਿੰਦੇ ਹਾਂ ਤਾਂ ਇਹਨਾਂ ਦੀ ਤਸੀਰ ਚੇਂਜ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹਨਾਂ ਨੇ ਸਹੀ ਤਰੀਕੇ ਦਾ ਨਾ ਰਿਜ਼ਲਟ ਦਿੱਤਾ ਤਾਂ ਤੁਹਾਡਾ ਨੁਸਖੇ ਦੇ ਉੱਤੇ ਪੈਸੇ ਲਾਏ ਬਿਲਕੁਲ ਖਰਾਬ ਜਾਣੇ ਹੈ। ਤੇ ਦੋਸਤੋ, ਜਦੋਂ ਤੁਸੀਂ ਇਹ ਚੀਜ਼ਾਂ ਕੁੱਟ ਕੇ ਇਹਨਾਂ ਦਾ ਪਾਊਡਰ ਬਣਾ ਲਿਆ ਤਾਂ ਇਸਦੇ ਵਿੱਚ ਤੁਸੀਂ ਬਾਕੀ ਦੀਆਂ ਭਸਮਾਂ ਅਤੇ ਬਾਕੀ ਦਾ ਮਿਸ਼ਰਣ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਇਸ ਦੀ ਮਿਕਸਿੰਗ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਕਿ ਇਕੱਲਾ ਇਕੱਲਾ ਦਾਣਾ ਮਿਕਸ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਤੋਂ ਕੋਈ ਵੀ ਚੀਜ਼ ਵੱਧ ਘੱਟ ਕਿਤੇ ਰਹਿ ਗਈ ਤਾਂ ਜਦੋਂ ਤੁਸੀਂ ਇਹ ਖਾਣੀ ਹੈ ਤਾਂ ਤੁਹਾਡੇ ਸਰੀਰ ਤੇ ਕਿਸੇ ਵੀ ਤਰੀਕੇ ਦਾ ਇਫੈਕਟ ਕਰ ਸਕਦੀ ਹੈ। ਸੋ ਇਸ ਦੇ ਲਈ ਮੈਂ ਤੁਹਾਨੂੰ ਦੁਬਾਰਾ ਰਿਕੁਐਸਟ ਕਰਾਂਗਾ ਕਿ ਜਦੋਂ ਤੁਸੀਂ ਇਸ ਦੀ ਮਿਕਸਿੰਗ ਕਰਨੀ ਹੈ ਤਾਂ ਬਹੁਤ ਚੰਗੀ ਤਰੀਕੇ ਦੀ ਮਿਕਸਿੰਗ ਹੋਣੀ ਚਾਹੀਦੀ ਹੈ। ਤੇ ਜਦੋਂ ਤੁਹਾਡਾ ਇਹ ਨੁਸਖਾ ਤਿਆਰ ਹੋ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਸਵੇਰੇ ਜਾਂ ਸ਼ਾਮ ਨੂੰ ਇਸ ਦਾ 1 ਚਮਚ ਕੋਸੇ ਦੁੱਧ